ਹੈਲੋ ਜੀ, ਮੈਂ ਹਾਂ ਬਾਬਰ ਮੁਸ਼ਤਾਕ ਕਲੇਰ KTV ਤੋਂ, ਔਰ ਅੱਜ ਅਸੀਂ ਆ ਪਹੁੰਚੇ ਹਾਂ ਜੀ 105 ਬੰਗੇ ਪਿੰਡ ਆ ਭਗਤ ਸਿੰਘ ਸੰਧੂ ਸਾਹਿਬ ਦਾ। ਉੱਥੇ ਜਨਾਬ ਅਸੀਂ ਅੱਜ ਆਏ ਹਾਂ ਅਤੇ ਮੇਰੇ ਜਿੰਨੇ ਵੀ ਸਿੰਘ ਬਰਾਦਰੀ ਹੈ, ਸਿੱਖ ਬਰਾਦਰੀ ਹੈ, ਉਹਨਾਂ ਵਾਸਤੇ ਸਪੈਸ਼ਲ ਵੀਡੀਓ ਆ। ਪਾਕਿਸਤਾਨ 'ਚ ਇਹ ਹੈ ਜੜ੍ਹਾਂਵਾਲਾ ਦੇ ਨਾਲ ਫੈਸਲਾਬਾਦ ਔਰ ਜੜ੍ਹਾਂਵਾਲਾ ਦੇ ਦਰਮਿਆਨ 105 ਬੰਗੇ ਪਿੰਡ। ਰਾਜਾ ਸ਼ਹਿਰਾਜ ਸਾਹਿਬ ਮੇਰੇ ਨਾਲ ਨੇ, ਅਸੀਂ ਜਨਾਬ UK ਤੋਂ ਆਏ, ਤਸ਼ਰੀਫ ਲਏ ਹਾਂ। ਇਹ ਤੁਸੀਂ ਦੇਖ ਰਹੇ ਹੋ, ਔਰ ਜ਼ਿਆਦਾ ਜਿਹੜੀ ਖੁਸ਼ੀ ਮੈਨੂੰ ਇਹ ਹੋ ਰਹੀ ਹੈ ਕਿ ਮੈਨੂੰ ਵੈਸੇ ਪਹਿਲੇ ਪਤਾ ਨਹੀਂ ਸੀ ਕਿ ਜਿਨ੍ਹਾਂ ਨੇ ਹੁਣ ਇਹ ਹਵੇਲੀ ਸਾਂਭੀ ਹੈ, ਜਿਨ੍ਹਾਂ ਕੋਲ ਇਹ ਹੁਣ ਘਰ ਹੈ ਭਗਤ ਸਿੰਘ ਦਾ, ਉਹ ਸਾਡੇ ਅਜ਼ੀਜ਼ ਨੇ, ਉਹ ਵਿਰਕ ਨੇ। ਤੁਸੀਂ ਇਹ ਬੋਰਡ ਵੀ ਦੇਖ ਰਹੇ ਹੋਵੋਗੇ ਉਹਨਾਂ ਦਾ। ਬੜੀ ਮੈਨੂੰ ਖੁਸ਼ੀ ਹੋਈ ਇਸ ਗੱਲ ਦੀ। ਬਾਲ ਵਿਰਕ ਸਾਹਿਬ ਅੰਕਲ ਸਨ, ਉਹਨਾਂ ਦਾ ਬੇਟਾ ਸਾਕ ਵਿਰਕ ਸਾਹਿਬ, ਇਹਨਾਂ ਨੇ ਹੁਣ ਹਵੇਲੀ ਹੈ ਜਨਾਬ ਇਹ ਸਾਂਭੀ ਹੋਈ ਹੈ। ਅਗਰ ਕੈਮਰਾਮੈਨ ਮੈਂ ਦਿਖਾ ਸਕੇ ਥੋੜ੍ਹਾ ਜਿਹਾ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 28 ਸਪਟੰਬਰ 1907 ਨੂੰ ਇਹ ਪੈਦਾ ਹੋਏ ਔਰ 23 ਮਾਰਚ 1931 ਨੂੰ। ਲੇਕਿਨ ਜਿਹੜੀ ਤਰੀਕ ਦੱਸ ਦਈਏ, ਉਹ ਤਰੀਕ ਇਹ ਦੱਸ ਦਈਏ ਕਿ 24 ਮਾਰਚ ਨੂੰ ਇਹਨਾਂ ਦੀ ਫਾਂਸੀ ਦਾ ਇਹਨਾਂ ਨੂੰ ਹੁਕਮ ਹੋਇਆ ਸੀ, ਲੇਕਿਨ ਪ੍ਰੈਸ਼ਰ ਇੰਨਾ ਹੋ ਗਿਆ ਕਿ ਇਹਨਾਂ ਨੂੰ 23 ਮਾਰਚ ਨੂੰ ਉਹਨਾਂ ਨੂੰ ਫਾਂਸੀ ਦੇਣੀ ਪੈ ਗਈ। ਇੱਕ ASP ਉਹਨਾਂ ਕੋਲ, ਇਹਨਾਂ ਨੇ ਉਹਨਾਂ ਦਾ ਕਤਲ ਕੀਤਾ ਸੀ ਅਤੇ ਉਹਦੇ ਵਾਸਤੇ ਇਹਨਾਂ ਦੀ ਸ਼ਹਾਦਤ ਬਾਅਦ 'ਚ ਹੋਈ। ਮੈਂ ਤੁਹਾਨੂੰ ਅੱਗੇ ਲੈ ਕੇ ਜਾਣਾ ਚਾਹਾਂਗਾ, ਬਹੁਤ ਅੱਛੀਆਂ ਅੱਛੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਾਂਗਾ। ਜਿੰਨੀ ਮੇਰੀ ਪੂਰੀ ਦੁਨੀਆ 'ਤੇ ਕਮਿਊਨਿਟੀ ਆ, ਸਿੰਘ ਕਮਿਊਨਿਟੀ, ਉਹਨਾਂ ਨੂੰ ਮੈਂ ਦਿਖਾਉਣਾ ਚਾਹੁੰਦਾ। ਇਹ ਦਰਖਤ ਹੈ ਬੇਰੀ ਦਾ, ਇਹ ਤੁਸੀਂ ਦੇਖ ਸਕਦੇ ਹੋ, ਮੈਂ ਤੁਹਾਨੂੰ ਦੱਸ ਸਕਦਾ। ਦੇਖੋ, ਇਹ ਬੇਰੀ ਦਾ ਦਰਖਤ ਹੈ ਜਿਹੜਾ ਭਗਤ ਸਿੰਘ ਸਾਹਿਬ ਨੇ ਆਪਣੇ ਹੱਥ ਨਾਲ ਲਗਾਇਆ ਸੀ ਬੇਰੀ ਨੂੰ। ਔਰ ਕੁਛ ਮੈਂ ਇਹ ਤਬਰਕ ਤੁਹਾਡੇ ਵਾਸਤੇ, ਖਾਸ ਤੌਰ 'ਤੇ UK ਵਾਲੇ ਵਾਸਤੇ ਲੈ ਕੇ ਆ ਰਹਾਂਗਾ। ਇਹ ਦਰਖਤ ਤੁਹਾਨੂੰ ਦਿਖਾਉਣਾ ਚਾਹੁੰਦਾ ਮੈਂ ਜੀ, ਥੋੜ੍ਹਾ ਜਿਹਾ ਅੱਗੇ ਆਓ। ਇਹ ਦਰਖਤ ਬੇਰੀ ਦਾ ਜਿਹੜਾ ਉਹਨਾਂ ਨੇ ਆਪਣੇ ਹੱਥੀਂ ਲਾਇਆ, ਭਗਤ ਸਿੰਘ ਸਾਹਿਬ ਨੇ, ਸ਼ਹੀਦ ਸਾਹਿਬ ਨੇ, ਉਹਨਾਂ ਨੇ ਆਪਣੇ ਹੱਥੀਂ ਲਾਇਆ। ਤੁਸੀਂ ਦੇਖ ਸਕਦੇ ਹੋ ਉਹਦੀ ਹਿਸਟਰੀ। ਔਰ ਦੇਖੋ, ਹਰਾ ਭਰਾ ਹਲੇ ਵੀ ਕਿੰਨੀ ਦੇਰ ਹੋ ਗਈ ਇਸ ਗੱਲ ਨੂੰ, ਲੇਕਿਨ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇਹ ਅੱਜ ਵੀ ਮੌਜੂਦ ਹੈ, ਇਹ ਉਹਨਾਂ ਦੇ ਹੱਥ ਦਾ ਇਹ ਲੱਗਾ ਹੋਇਆ ਹੈ। ਇਸ ਤੋਂ ਇਲਾਵਾ ਜਿੱਥੇ ਉਹਨਾਂ ਦੀ ਪੈਦਾਇਸ਼ ਹੋਈ ਹੈ, ਜਿਹੜੀ ਅਸਲ ਉਹਨਾਂ ਦਾ ਘਰ ਹੈ, ਜਿਹੜੀ ਜਗ੍ਹਾ ਹੈ, ਮੈਂ ਤੁਹਾਨੂੰ ਉਹ ਵੀ ਦਿਖਾਉਣਾ ਚਾਹਾਂਗਾ। ਇਹ ਉਹ ਕਮਰਾ ਜਨਾਬ, ਇਹ ਉਹ ਕਮਰਾ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਹਿਸਟਰੀ ਉਹਨਾਂ ਨੇ ਸਾਕਿਬ ਵਿਰਕ ਸਾਹਿਬ ਨੇ ਰੱਖੀ ਹੋਈ ਹੈ। ਮੇਰਾ ਖਿਆਲ ਸ਼ਾਇਦ ਸਾਡੀ ਆਪਣੀ ਸਿੰਘ ਕਮਿਊਨਿਟੀ ਕੋਲ ਵੀ ਇੰਨੀ ਇੰਨੀ ਹਿਸਟਰੀ ਨਾ ਹੋਵੇ ਜਿੰਨੀ ਉਹਨਾਂ ਨੇ ਇਸ ਵਕਤ ਤੁਸੀਂ ਦੇਖ ਰਹੇ ਹੋ ਕਿ ਇਹ ਸਾਰੀ ਦੇਖੋ ਇਸ ਤਰ੍ਹਾਂ ਵੀ ਹੋਈ ਹੈ। ਔਰ ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗਾ ਉਹਨਾਂ ਦੇ ਫਾਦਰ ਕਿਸ਼ਨ ਸਿੰਘ ਦਾ, ਇਹ ਉਹਨਾਂ ਦੇ ਫਾਦਰ ਸਨ, ਭਗਤ ਸਿੰਘ ਸਾਹਿਬ ਦੀ ਫੋਟੋ ਹੈ, ਇਹ ਉਹਨਾਂ ਦੀ ਮਾਤਾ ਜੀ ਮਦਰ ਉਹਨਾਂ ਦੀ ਫੋਟੋ ਹੈ, ਇਹਨਾਂ ਦੀ ਭਾਬੀ ਜੀ ਦੁਰਗਾ ਭਾਬੀ ਜੀ, ਔਰ ਬਾਕੀ ਬਹੁਤ ਸਾਰੀਆਂ ਤਸਵੀਰਾਂ ਤੁਸੀਂ ਅਗਰ ਦੇਖਣਾ ਚਾਹੋ ਤੇ ਤੁਸੀਂ ਦੇਖੋ ਦੇਖ ਸਕਦੇ ਹੋ ਬਹੁਤ ਸਾਰਾ। ਇਹ ਕਮਰਾ ਆਪਣੀ ਅਸਲ ਹਾਲਤ 'ਚ ਇਹ ਮੌਜੂਦ ਹੈ, ਅਸਲ ਹਾਲਤ 'ਚ ਸਿਰਫ ਥੋੜੀਆਂ ਛੱਤਾਂ ਉਹਨਾਂ ਨੇ ਚੇਂਜ ਕੀਤੀਆਂ ਨੇ, ਕਿਉਂਕਿ ਤੁਹਾਨੂੰ ਪਤਾ ਜਰਾ ਦੇਰ ਹੋ ਜਾਏ ਥੋੜਾ ਜਿਹਾ ਚੇਂਜ ਕਰਨਾ ਪੈਂਦਾ, ਪਾਣੀ ਛਾਣੀ ਬਾਰਿਸ਼ ਦੇ ਹਵਾ ਦੇਣਾ। ਔਰ ਇਹ ਕਮਰਾ ਉਹ ਜਿੱਥੇ ਮੈਂ ਲੈ ਕੇ ਜਾ ਰਿਹਾ, ਜਿੱਥੇ ਉਹਦੀ ਪੈਦਾਇਸ਼ ਹੋਈ। ਇਸ ਕਮਰੇ 'ਚ ਭਗਤ ਸਿੰਘ ਸੰਧੂ ਸਾਹਿਬ ਸ਼ਹੀਦ ਜਿਹੜੇ ਉਹ ਪੈਦਾ ਹੋਏ, ਇਹ ਅਸਲ ਕਮਰਾ ਤੇ ਅਸਲ ਦੁਆਰਾ। ਔਰ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੀ ਹਿਸਟਰੀ ਜਿਹੜੀ ਹੈ ਇਸ ਵਕਤ ਤੁਹਾਨੂੰ ਨਜ਼ਰ ਆ ਰਹੀ ਹੈ, ਇਹਨਾਂ ਦੀ ਫੋਟੋ ਜੇ ਆ ਰਹੀ ਹੈ, ਦੂਸਰੇ ਬੈਠੇ ਨੇ, ਦੇਖੋ ਤੁਸੀਂ ਦੇਖ ਸਕਦੇ ਹੋ। ਬਲਕਿ ਮੈਨੂੰ ਦੱਸ ਰਹੇ ਸਨ ਸਾਕਿਬ ਭਾਈ ਕਿ FIR ਦੀ ਕਾਪੀ ਵੀ ਉਹਨਾਂ ਨੇ ਇੱਥੇ ਕਿਤੇ ਲਗਾਈ ਹੋਈ ਹੈ, ਉਹਨਾਂ ਦਾ ਕੇਸ ਹੋਇਆ। ਤੇ ਇਹ ਚਰਖਾ, ਇਹ ਓਰੀਜਨਲ ਉਹਨਾਂ ਦੀ ਹਾਲਤ ਹੈ ਜੀ, ਬਿਲਕੁਲ ਉਹਨਾਂ ਦਾ ਇਹ ਚਰਖਾ, ਇਹ ਨਾਲ ਚੱਕੀ ਸੀ ਛੋਟੀ ਜੀ,
ਉਹ ਵੀ ਅੱਜ ਆਪਣੀ ਅਸਲ ਹਾਲਤ 'ਚ ਮੌਜੂਦ ਆ। ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਇਹ ਗੱਲ ਦੱਸ ਕੇ ਕਿ ਮੈਂ ਸਪੈਸ਼ਲੀ ਆਪਣੀ ਸਿੰਘ ਕਮਿਊਨਿਟੀ ਵਾਸਤੇ ਇੱਥੇ ਤਸ਼ਰੀਫ ਲੈ ਕੇ ਆਇਆ ਔਰ ਬੜਾ ਮਾਣ ਆ ਮੈਨੂੰ। ਦੇਖੋ ਇੱਕ ਮੁਸਲਮਾਨ ਹੋਣ ਦੇ ਨਾਤੇ ਅਸੀਂ ਹਰ ਮਦਰ ਦੀ ਉਹਦੀ ਕਦਰ ਕਰਦੇ ਹਾਂ, ਉਹਦੀ ਰਿਸਪੈਕਟ ਕਰਦੇ ਹਾਂ। ਔਰ ਜਿਵੇਂ ਕਿ ਤੁਸੀਂ ਸਾਰੇ ਮੈਨੂੰ ਜਾਣਦੇ ਵੀ ਹੋ ਕਿ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਆ ਜੋੜਨ ਦੀ, ਨਾ ਕਿ ਤੋੜਨ ਦੀ। ਔਰ ਇਹਦਾ ਸਬੂਤ ਤੁਹਾਨੂੰ ਅੱਜ ਦੇ ਰਿਹਾ ਕਿ ਪਹਿਲੇ ਨਨਕਾਣਾ ਸਾਹਿਬ ਵੀ 2 ਸਾਲ ਪਹਿਲੇ ਮੈਂ ਗਿਆ ਸੀ, ਪਰ ਅੱਜ ਮੈਂ ਦੇਖੋ ਇੱਥੇ ਭਗਤ ਸਿੰਘ ਨੇ ਮੈਨੂੰ ਬੜਾ ਸੀ। ਔਰ ਜ਼ਿਆਦਾ ਖੁਸ਼ੀ ਜਿਹੜੀ ਹੋਈ ਹੈ ਮੈਨੂੰ ਕਿ ਮੇਰੇ ਅਜ਼ੀਜ਼ ਜਿਹੜੇ ਨੇ ਹੁਣ ਇੱਥੇ ਉਹਨਾਂ ਕੋਲ ਘਰ ਆ। ਔਰ ਜਿਹੜੇ ਵੀ ਸਿੰਘ ਕਮਿਊਨਿਟੀ ਮੇਰੇ ਭੈਣ ਭਰਾ ਬਾਬੇ ਚਾਚੇ ਜਦੋਂ ਵੀ ਆਉਣਾ ਚਾਹੁਣ ਪਲੀਜ਼ ਮੈਨੂੰ ਕਾਲ ਕਰਕੇ ਜ਼ਰੂਰ ਆਉਣ, ਤੁਹਾਡੀ ਪੂਰੀ ਖਿਦਮਤ ਕਰਾਂਗੇ ਇੱਥੇ, ਤੁਹਾਡਾ ਆਪਣਾ ਪਾਕਿਸਤਾਨ ਇਹ ਦੂਸਰਾ ਘਰ ਆ। ਔਰ ਬਹੁਤ ਖੁਸ਼ੀ ਹੋ ਰਹੀ ਹੈ, ਤੁਸੀਂ ਹਿਸਟਰੀ ਸਾਰੀ ਦੇਖ ਰਹੇ ਹੋ, ਅਸਲ ਹਾਲਤ 'ਚ ਕਮਰਾ ਜਿੱਥੇ ਉਹਨਾਂ ਦੀ ਪੈਦਾਇਸ਼ ਹੋਈ, ਔਰ ਇਹ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਕਿ ਇਹ ਬਿਲਕੁਲ ਅਸਲ ਨਹੀਂ ਉਹਨਾਂ ਦੀਆਂ। ਬਹੁਤ ਸਾਰੀ ਹਿਸਟਰੀ ਦੇਖੋ, ਬੜੀ ਖੁਸ਼ੀ ਮੈਨੂੰ ਹੋ ਰਹੀ ਹੈ ਵੈਸੇ ਕਿ ਹਰ ਚੀਜ਼ ਇਕੱਲੀ ਇਕੱਲੀ ਅਗਰ ਤੁਸੀਂ ਦੇਖਣਾ ਚਾਹੋ ਤੇ ਇਹ ਦੇਖ ਸਕਦੇ ਹੋ ਮੁਕੰਮਲ ਹਿਸਟਰੀ ਉਹਨਾਂ ਦੀ ਪੂਰੀ ਫੈਮਿਲੀ ਦੀ, ਉਹਨਾਂ ਦਾ ਪੂਰਾ ਸਿਸਟਮ ਜਿਹੜਾ ਹੈ ਸੀ ਉਹ ਤੁਸੀਂ ਦੇਖ ਸਕਦੇ ਹੋ, ਅੱਜ ਵੀ ਮੌਜੂਦ ਹੈ। ਜਿਹੜੇ ਵੀ ਆਣ 105 ਰੇਬੇ ਬੰਗੇ ਪਿੰਡ ਆ ਫੈਸਲਾਬਾਦ ਤੋਂ ਜਿਹੜਾ ਵਾਲਾ ਜਾਂਦਿਆ ਹੋਇਆ ਇਹ ਰਸਤੇ 'ਚ ਪਿੰਡ ਆਉਂਦਾ ਮੇਨ ਰੋਡ ਤੋਂ ਤਕਰੀਬਨ ਕੋਈ 4 ਕਿਲੋਮੀਟਰ ਅੰਦਰ ਇਹ ਪਿੰਡ ਏ, ਤੇ ਮੇਰੇ ਜਿਹੜੇ ਅਜ਼ੀਜ਼ ਨੇ ਉਹ ਹਮਾ ਵਕਤ ਵਾਲੀ ਖਿਦਮਤ ਵਾਸਤੇ ਸਾਰੇ ਤਿਆਰ ਨੇ। ਥੈਂਕ ਯੂ ਵੈਰੀ ਮੱਚ।